ਇੱਕ ਨਦੀ ਦੇ ਵਿੱਚੋਂ ਗਊ ਨੂੰ ਰੈਸਕਿਊ ਕੀਤਾ ਗਿਆ। ਦੱਸ ਦਈਏ ਕਿ ਅਚਾਨਕ ਹੀ ਪਾਣੀ ਜੋ ਕਾਫੀ ਜ਼ਿਆਦਾ ਤੇਜ਼ ਵੱਧ ਜਾਂਦਾ ਹੈ ਅਤੇ ਉਸ ਤੋਂ ਬਾਅਦ ਦੇ ਵਿੱਚ ਗਊ ਵਿਚਕਾਰ ਹੀ ਫਸ ਜਾਂਦੀ ਹੈ ਤਾਂ ਫਾਇਰ ਬ੍ਰਿਗੇਡ ਦੇ ਵੱਲੋਂ ਇਸ ਨੂੰ ਰੈਸਕਿਊ ਕੀਤਾ ਗਿਆ। ਦੱਸ ਦਈਏ ਕਿ ਉੱਤਰਾਖੰਡ ਦੇ ਵਿੱਚ ਜਿੱਥੇ ਭਾਰੀ ਬਰਸਾਤ ਦੇ ਨਾਲ ਲਗਾਤਾਰ ਨਦੀਆਂ ਨਾਲੇ ਉਫਾਨ ਦੇ ਉੱਤੇ ਨੇ, ਉੱਥੇ ਹੀ ਗੰਗਾ ਨਦੀ ਅਲਕਨੰਦਾ ਨਦੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਵੀ ਲਗਾਤਾਰ ਉਫਾਨ ਦੇ ਉੱਤੇ ਚੱਲ ਰਹੀਆਂ ਨੇ ਅਤੇ ਗਊ ਜੋ ਹੈ ਉਹ ਯਮੁਨਾ ਨਦੀ ਦੇ ਵਿੱਚ ਫਸ ਗਈ ਸੀ। ਹਾਲਾਂਕਿ ਯਮੁਨਾ ਨਦੀ ਦੇ ਵਿੱਚ ਪਹਿਲਾਂ ਪਾਣੀ ਕਾਫੀ ਜ਼ਿਆਦਾ ਘੱਟ ਸੀ, ਜੋ ਪਸ਼ੂ ਸੀ ਇੱਧਰ ਉੱਧਰ ਜਾ ਆਉਂਦੇ ਸੀ, ਪਰ ਅਚਾਨਕ ਹੀ ਜਦੋਂ ਇਹ ਗਊ ਇੱਕ ਟਾਪੂ ਦੇ ਉੱਤੇ ਪਹੁੰਚਦੀ ਹੈ ਤਾਂ ਅਚਾਨਕ ਹੀ ਪਾਣੀ ਕਾਫੀ ਜ਼ਿਆਦਾ ਤੇਜ਼ੀ ਦੇ ਨਾਲ ਆ ਜਾਂਦਾ, ਜਿਸ ਤੋਂ ਬਾਅਦ ਇਹ ਗਊ ਬਾਹਰ ਨਹੀਂ ਨਿਕਲ ਪਾਉਂਦੀ। ਤਾਂ ਲੋਕਾਂ ਦੀ ਜਦੋਂ ਇਸ ਗਊ ਦੇ ਉੱਤੇ ਨਿਗਾਹ ਪੈਂਦੀ ਹੈ ਤਾਂ ਫਿਰ ਇਸ ਤੋਂ ਬਾਅਦ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਂਦੀ ਹੈ ਅਤੇ ਪੁਲਿਸ ਦੇ ਵੱਲੋਂ ਫਾਇਰ ਸਰਵਿਸ ਨੂੰ ਫੋਨ ਕਰਕੇ ਮੌਕੇ ਦੇ ਉੱਤੇ ਬੁਲਾਇਆ ਜਾਂਦਾ ਅਤੇ ਰੱਸਿਆਂ ਦੀ ਮਦਦ ਦੇ ਨਾਲ ਇਸ ਗਊ ਨੂੰ ਸੁਰੱਖਿਅਤ ਰੈਸਕਿਊ ਕਰ ਲਿਆ ਗਿਆ। ਤਾਂ ਉੱਤਰਾਖੰਡ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਇੱਕ ਗਊ ਜਦੋਂ ਨਦੀ ਦੇ ਵਿੱਚ ਫਸ ਜਾਂਦੀ ਹੈ ਤਾਂ ਉਸਨੂੰ ਰੈਸਕਿਊ ਕੀਤਾ ਗਿਆ, ਜਾਨ ਦੀ ਬਾਜ਼ੀ ਆਪਣੀ ਲਗਾ ਦਿੱਤੀ ਜਾਂਦੀ ਹੈ ਫਾਇਰ ਸਰਵਿਸ ਦੇ ਜਵਾਨਾਂ ਦੇ ਵੱਲੋਂ ਅਤੇ ਅੰਤ ਦੇ ਵਿੱਚ ਇਸ ਗਊ ਨੂੰ ਰੈਸਕਿਊ ਕਰ ਲਿਆ ਗਿਆ। ਤਾਂ ਮੌਕੇ ਦੀਆਂ ਇਹ ਤਸਵੀਰਾਂ ਖੁਦ ਬਿਆਨ ਕਰ ਰਹੀਆਂ ਨੇ ਕਿ ਆਖਰ ਪਾਣੀ ਕਿੰਨੀ ਤੇਜ਼ ਹੈ ਅਤੇ ਪਹਿਲਾਂ ਤਾਂ ਫਾਇਰ ਸਰਵਿਸ ਦੇ ਜੋ ਮੁਲਾਜ਼ਮ ਨੇ ਉਹਨਾਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ, ਪਰ ਬਾਵਜੂਦ ਇਸ ਦੇ ਉਹ ਆਪਣੇ ਓਪਰੇਸ਼ਨ ਦੇ ਵਿੱਚ ਸਫਲ ਹੋਏ ਨੇ। ਇੱਕ ਨਦੀ ਦੇ ਵਿੱਚੋਂ ਗਊ ਨੂੰ ਰੈਸਕਿਊ ਕੀਤਾ ਗਿਆ। ਦੱਸ ਦਈਏ ਕਿ ਅਚਾਨਕ ਹੀ ਪਾਣੀ ਜੋ ਕਾਫੀ ਜ਼ਿਆਦਾ ਤੇਜ਼ ਵੱਧ ਜਾਂਦਾ ਹੈ ਅਤੇ ਉਸ ਤੋਂ ਬਾਅਦ ਦੇ ਵਿੱਚ ਗਊ ਵਿਚਕਾਰ ਹੀ ਫਸ ਜਾਂਦੀ ਹੈ ਤਾਂ ਫਾਇਰ ਬ੍ਰਿਗੇਡ ਦੇ ਵੱਲੋਂ ਇਸ ਨੂੰ ਰੈਸਕਿਊ ਕੀਤਾ ਗਿਆ। ਦੱਸ ਦਈਏ ਕਿ ਉੱਤਰਾਖੰਡ ਦੇ ਵਿੱਚ ਜਿੱਥੇ ਭਾਰੀ ਬਰਸਾਤ ਦੇ ਨਾਲ ਲਗਾਤਾਰ ਨਦੀਆਂ ਨਾਲੇ ਉਫਾਨ ਦੇ ਉੱਤੇ ਨੇ, ਉੱਥੇ ਹੀ ਗੰਗਾ ਨਦੀ ਅਲਕਨੰਦਾ ਨਦੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਵੀ ਲਗਾਤਾਰ ਉਫਾਨ ਦੇ ਉੱਤੇ ਚੱਲ ਰਹੀਆਂ ਨੇ ਅਤੇ ਗਊ ਜੋ ਹੈ ਉਹ ਯਮੁਨਾ ਨਦੀ ਦੇ ਵਿੱਚ ਫਸ ਗਈ ਸੀ। ਹਾਲਾਂਕਿ ਯਮੁਨਾ ਨਦੀ ਦੇ ਵਿੱਚ ਪਹਿਲਾਂ ਪਾਣੀ ਕਾਫੀ ਜ਼ਿਆਦਾ ਘੱਟ ਸੀ, ਜੋ ਪਸ਼ੂ ਸੀ ਇੱਧਰ ਉੱਧਰ ਜਾ ਆਉਂਦੇ ਸੀ, ਪਰ ਅਚਾਨਕ ਹੀ ਜਦੋਂ ਇਹ ਗਊ ਇੱਕ ਟਾਪੂ ਦੇ ਉੱਤੇ ਪਹੁੰਚਦੀ ਹੈ ਤਾਂ ਅਚਾਨਕ ਹੀ ਪਾਣੀ ਕਾਫੀ ਜ਼ਿਆਦਾ ਤੇਜ਼ੀ ਦੇ ਨਾਲ ਆ ਜਾਂਦਾ, ਜਿਸ ਤੋਂ ਬਾਅਦ ਇਹ ਗਊ ਬਾਹਰ ਨਹੀਂ ਨਿਕਲ ਪਾਉਂਦੀ। ਤਾਂ ਲੋਕਾਂ ਦੀ ਜਦੋਂ ਇਸ ਗਊ ਦੇ ਉੱਤੇ ਨਿਗਾਹ ਪੈਂਦੀ ਹੈ ਤਾਂ ਫਿਰ ਇਸ ਤੋਂ ਬਾਅਦ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਂਦੀ ਹੈ ਅਤੇ ਪੁਲਿਸ ਦੇ ਵੱਲੋਂ ਫਾਇਰ ਸਰਵਿਸ ਨੂੰ ਫੋਨ ਕਰਕੇ ਮੌਕੇ ਦੇ ਉੱਤੇ ਬੁਲਾਇਆ ਜਾਂਦਾ ਅਤੇ ਰੱਸਿਆਂ ਦੀ ਮਦਦ ਦੇ ਨਾਲ ਇਸ ਗਊ ਨੂੰ ਸੁਰੱਖਿਅਤ ਰੈਸਕਿਊ ਕਰ ਲਿਆ ਗਿਆ। ਤਾਂ ਉੱਤਰਾਖੰਡ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਇੱਕ ਗਊ ਜਦੋਂ ਨਦੀ ਦੇ ਵਿੱਚ ਫਸ ਜਾਂਦੀ ਹੈ ਤਾਂ ਉਸਨੂੰ ਰੈਸਕਿਊ ਕੀਤਾ ਗਿਆ, ਜਾਨ ਦੀ ਬਾਜ਼ੀ ਆਪਣੀ ਲਗਾ ਦਿੱਤੀ ਜਾਂਦੀ ਹੈ ਫਾਇਰ ਸਰਵਿਸ ਦੇ ਜਵਾਨਾਂ ਦੇ ਵੱਲੋਂ ਅਤੇ ਅੰਤ ਦੇ ਵਿੱਚ ਇਸ ਗਊ ਨੂੰ ਰੈਸਕਿਊ ਕਰ ਲਿਆ ਗਿਆ। ਤਾਂ ਮੌਕੇ ਦੀਆਂ ਇਹ ਤਸਵੀਰਾਂ ਖੁਦ ਬਿਆਨ ਕਰ ਰਹੀਆਂ ਨੇ ਕਿ ਆਖਰ ਪਾਣੀ ਕਿੰਨੀ ਤੇਜ਼ ਹੈ ਅਤੇ ਪਹਿਲਾਂ ਤਾਂ ਫਾਇਰ ਸਰਵਿਸ ਦੇ ਜੋ ਮੁਲਾਜ਼ਮ ਨੇ ਉਹਨਾਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ, ਪਰ ਬਾਵਜੂਦ ਇਸ ਦੇ ਉਹ ਆਪਣੇ ਓਪਰੇਸ਼ਨ ਦੇ ਵਿੱਚ ਸਫਲ ਹੋਏ ਨੇ। ਇੱਕ ਨਦੀ ਦੇ ਵਿੱਚੋਂ ਗਊ ਨੂੰ ਰੈਸਕਿਊ ਕੀਤਾ ਗਿਆ। ਦੱਸ ਦਈਏ ਕਿ ਅਚਾਨਕ ਹੀ ਪਾਣੀ ਜੋ ਕਾਫੀ ਜ਼ਿਆਦਾ ਤੇਜ਼ ਵੱਧ ਜਾਂਦਾ ਹੈ ਅਤੇ ਉਸ ਤੋਂ ਬਾਅਦ ਦੇ ਵਿੱਚ ਗਊ ਵਿਚਕਾਰ ਹੀ ਫਸ ਜਾਂਦੀ ਹੈ ਤਾਂ ਫਾਇਰ ਬ੍ਰਿਗੇਡ ਦੇ ਵੱਲੋਂ ਇਸ ਨੂੰ ਰੈਸਕਿਊ ਕੀਤਾ ਗਿਆ। ਦੱਸ ਦਈਏ ਕਿ ਉੱਤਰਾਖੰਡ ਦੇ ਵਿੱਚ ਜਿੱਥੇ ਭਾਰੀ ਬਰਸਾਤ ਦੇ ਨਾਲ ਲਗਾਤਾਰ ਨਦੀਆਂ ਨਾਲੇ ਉਫਾਨ ਦੇ ਉੱਤੇ ਨੇ, ਉੱਥੇ ਹੀ ਗੰਗਾ ਨਦੀ ਅਲਕਨੰਦਾ ਨਦੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਵੀ ਲਗਾਤਾਰ ਉਫਾਨ ਦੇ ਉੱਤੇ ਚੱਲ ਰਹੀਆਂ ਨੇ ਅਤੇ ਗਊ ਜੋ ਹੈ ਉਹ ਯਮੁਨਾ ਨਦੀ ਦੇ ਵਿੱਚ ਫਸ ਗਈ ਸੀ। ਹਾਲਾਂਕਿ ਯਮੁਨਾ ਨਦੀ ਦੇ ਵਿੱਚ ਪਹਿਲਾਂ ਪਾਣੀ ਕਾਫੀ ਜ਼ਿਆਦਾ ਘੱਟ ਸੀ, ਜੋ ਪਸ਼ੂ ਸੀ ਇੱਧਰ ਉੱਧਰ ਜਾ ਆਉਂਦੇ ਸੀ, ਪਰ ਅਚਾਨਕ ਹੀ ਜਦੋਂ ਇਹ ਗਊ ਇੱਕ ਟਾਪੂ ਦੇ ਉੱਤੇ ਪਹੁੰਚਦੀ ਹੈ ਤਾਂ ਅਚਾਨਕ ਹੀ ਪਾਣੀ ਕਾਫੀ ਜ਼ਿਆਦਾ ਤੇਜ਼ੀ ਦੇ ਨਾਲ ਆ ਜਾਂਦਾ, ਜਿਸ ਤੋਂ ਬਾਅਦ ਇਹ ਗਊ ਬਾਹਰ ਨਹੀਂ ਨਿਕਲ ਪਾਉਂਦੀ। ਤਾਂ ਲੋਕਾਂ ਦੀ ਜਦੋਂ ਇਸ ਗਊ ਦੇ ਉੱਤੇ ਨਿਗਾਹ ਪੈਂਦੀ ਹੈ ਤਾਂ ਫਿਰ ਇਸ ਤੋਂ ਬਾਅਦ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਂਦੀ ਹੈ ਅਤੇ ਪੁਲਿਸ ਦੇ ਵੱਲੋਂ ਫਾਇਰ ਸਰਵਿਸ ਨੂੰ ਫੋਨ ਕਰਕੇ ਮੌਕੇ ਦੇ ਉੱਤੇ ਬੁਲਾਇਆ ਜਾਂਦਾ ਅਤੇ ਰੱਸਿਆਂ ਦੀ ਮਦਦ ਦੇ ਨਾਲ ਇਸ ਗਊ ਨੂੰ ਸੁਰੱਖਿਅਤ ਰੈਸਕਿਊ ਕਰ ਲਿਆ ਗਿਆ। ਤਾਂ ਉੱਤਰਾਖੰਡ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਇੱਕ ਗਊ ਜਦੋਂ ਨਦੀ ਦੇ ਵਿੱਚ ਫਸ ਜਾਂਦੀ ਹੈ ਤਾਂ ਉਸਨੂੰ ਰੈਸਕਿਊ ਕੀਤਾ ਗਿਆ, ਜਾਨ ਦੀ ਬਾਜ਼ੀ ਆਪਣੀ ਲਗਾ ਦਿੱਤੀ ਜਾਂਦੀ ਹੈ ਫਾਇਰ ਸਰਵਿਸ ਦੇ ਜਵਾਨਾਂ ਦੇ ਵੱਲੋਂ ਅਤੇ ਅੰਤ ਦੇ ਵਿੱਚ ਇਸ ਗਊ ਨੂੰ ਰੈਸਕਿਊ ਕਰ ਲਿਆ ਗਿਆ। ਤਾਂ ਮੌਕੇ ਦੀਆਂ ਇਹ ਤਸਵੀਰਾਂ
ਖੁਦ ਬਿਆਨ ਕਰ ਰਹੀਆਂ ਨੇ ਕਿ ਆਖਰ ਪਾਣੀ ਕਿੰਨੀ ਤੇਜ਼ ਹੈ ਤੇ ਪਹਿਲਾਂ ਤਾਂ ਫਾਇਰ ਸਰਵਿਸ ਦੇ ਜੋ ਮੁਲਾਜ਼ਮ ਨੇ ਉਹਨਾਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ, ਪਰ ਬਾਵਜੂਦ ਇਸ ਦੇ ਉਹ ਆਪਣੇ ਆਪਰੇਸ਼ਨ ਦੇ ਵਿੱਚ ਸਫਲ ਹੋਏ ਨੇ।